ਵੀ ਚੱਲ ਬਈ ਇੱਥੇ ਸੌਂ ਕੇ ਵੀ ਗੁਜ਼ਾਰ ਲਵਾਂਗਾ, ਪਹਾੜ ਜਿੱਡੀ ਰਾਤ ਹੈ, 6:30 ਵਜੇ ਹਨੇਰਾ ਪੈਂਦਾ, 6:30 ਵਜੇ ਚੜ੍ਹਦਾ, 12 ਘੰਟੇ। ਚੱਲ 2 ਘੜੀਆਂ ਗੁਰੂ ਦੇ ਦਰਸ਼ਨ ਕਰਾਂਗੇ, ਗੁਰੂ ਦਾ ਜਸ ਸੁਣਾਂਗੇ, ਇਹ ਵੀ ਮਨ ਹੀ ਲੈ ਕੇ ਆਇਆ ਨਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹੀ ਮਨ ਜੀਵ ਬਣ ਜਾਂਦਾ, ਇਸੇ ਨੇ ਬ੍ਰਹਮ ਬਣ ਜਾਣਾ, ਇਹੀ ਮਨ ਮੈਲਾ ਇਸੇ ਨੇ ਸ਼ੁੱਧ ਹੋ ਜਾਣਾ, ਇਹੀ ਮਨ ਦੁਖੀ ਹੈ ਇਹਨੇ ਸੁਖੀ ਹੋ ਜਾਣਾ। ਜਦ ਮਨ ਨੇ ਸੰਕਲਪ ਕਰਿਆ ਸੀ, ਮਨ ਫੁਰਨਾ ਕਰਿਆ ਵੀ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਜਾਣਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗੇ, ਉਦੋਂ ਤੋਂ ਪੁੰਨ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਉਦੋਂ ਤੋਂ ਹੀ ਮੀਟਰ ਚੱਲ ਪਿਆ ਸੀ ਆਪਣਾ, ਪੁੰਨਾਂ ਦੀ ਉਤਪਤੀ ਸ਼ੁਰੂ ਹੋ ਗਈ ਸੀ। ਜਦ ਆਪਾਂ ਘਰ ਤੋਂ ਚੱਲ ਪਏ ਸੀ ਸੱਚੇ ਪਾਤਸ਼ਾਹ ਦੇ ਦਰਬਾਰ ਵੱਲ, ਜਦੋਂ ਸਿੰਘ ਅਰਦਾਸ ਕਰਦਾ, ਉਹ ਬੇਨਤੀ ਕਰਦਾ, ਮਹਾਰਾਜ ਸੰਗਤਾਂ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਇਹਦਾ ਮਤਲਬ ਗੁਰੂ ਜਾਣਦਾ ਕਿ ਤੂੰ ਕਿੰਨੇ ਕਦਮ ਚੱਲ ਕੇ ਆਇਆ, ਤੇਰਾ ਕਦਮ ਕਦਮ ਵੀ ਸਫਲਾ ਹੈ, ਸਫਲਾ ਵੀ ਹੈ। ਅਤੇ ਇਹ ਵੀ ਧਾਰਮਿਕ ਗ੍ਰੰਥਾਂ 'ਚ ਲਿਖਿਆ ਕਿ ਇੱਕ ਕਦਮ ਦਾ ਇੱਕ ਸਮੇਹ ਜੱਗ ਦਾ ਫਲ ਵੀ ਮਿਲਦਾ ਜਦੋਂ ਆਪਾਂ ਸੱਚੇ ਪਾਤਸ਼ਾਹ ਦੇ ਦਰਬਾਰ ਨੂੰ ਆਉਂਦੇ ਹਾਂ ਚੱਲ ਕੇ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਪੈਰ ਸਫਲੇ ਨੇ, ਸੁਹਾਵੇ ਨੇ, ਸੋਭਨੀਕ ਨੇ, ਪਵਿੱਤਰ ਨੇ, ਜਿਹੜੇ ਪੈਰ ਗੁਰੂ ਦੇ ਦਰਬਾਰ ਵੱਲ ਚੱਲ ਕੇ ਆਉਂਦੇ, ਭਾਵ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਜਾਂ ਤਉ ਜਸ ਗਾਵੈ, ਜੀਓ ਪਿਆ ਤਉ ਸਰਨੀ। ਸੱਚੇ ਪਾਤਸ਼ਾਹ ਬਾਣੀ 'ਚ ਉਪਦੇਸ਼ ਕਰਦੇ ਨੇ, ਭਾਵ ਸੁਹਾਵੇ ਨੇ ਉਹ, ਸੋਭਨੀਕ ਨੇ, ਜਿਹੜੇ ਤੇਰੇ ਦਰ ਨੂੰ ਚੱਲ ਕੇ ਆਉਂਦੇ ਨੇ, ਤਉ ਧਿਰ ਜੁਲਦੇ, ਉਹ ਸਫਲੇ ਨੇ ਪੈਰ। ਉਹਨਾਂ ਪੈਰਾਂ ਵਿੱਚ ਜਿਹੜੇ ਪਾਏ ਹੋਏ ਜੋੜੇ, ਜੇ ਆਪਾਂ ਨੂੰ ਪੁੱਛੇ ਵੀ ਉਹਨੂੰ ਜੋੜੇ ਕਿਉਂ ਕਹਿੰਦੇ ਆ, ਤਾਂ ਆਪਾਂ ਕਹਿੰਦੇ ਹਾਂ ਜੀ ਉਹ ਦੋ ਨੇ ਤਾਂ ਕਰਕੇ ਜੋੜਾ ਕਹਿੰਦੇ ਨੇ, ਅਤੇ ਕਿਸੇ ਦਾ ਇੱਕ ਇੱਥੇ ਰਹਿ ਜਾਵੇ, ਇੱਕ ਲੈ ਜਾਵੇ, ਅਤੇ ਸਵੇਰੇ ਕਹਿਣਗੇ ਆ ਜੋੜਾ ਕਿਹਦਾ ਪਿਆ, ਹੁਣ ਤਾਂ ਇੱਕ ਹੈ ਫਿਰ ਵੀ ਜੋੜਾ ਹੀ ਹੈ, ਉਹਦਾ ਹੁਣ ਤਾਂ ਦੋ ਹੈ ਨਹੀਂ। ਉਹ ਇਹਨੂੰ ਗੁਰੂ ਘਰ ਵਿੱਚ ਹੀ ਜੋੜੇ ਆਖਿਆ ਜਾਂਦਾ, ਬਾਕੀ ਤਾਂ ਕਹਿੰਦੇ ਨੇ ਜੁੱਤੀਆਂ ਇੱਧਰ ਲਾਹ ਦਿਓ ਜੀ, ਜਾਂ ਫਿਰ ਅੰਗਰੇਜ਼ੀ 'ਚ ਹੋਰ ਕੁਛ ਲਿਖਿਆ ਹੁੰਦਾ ਸ਼ੂਜ, ਹੁਣ ਤਾਂ ਵੈਸੇ ਗੁਰੂ ਘਰਾਂ 'ਚ ਵੀ ਅੰਗਰੇਜ਼ੀ ਲਿਖਣ ਲੱਗ ਪਏ। ਅੰਗਰੇਜ਼ੀ ਮਾੜੀ ਗੱਲ ਨਹੀਂ ਹੈ, ਪੰਜਾਬੀ ਨੂੰ ਭੁੱਲ ਜਾਣਾ ਮਾੜੀ ਗੱਲ ਹੈ। ਉਹ ਜਿਹੜੇ ਜੋੜੇ ਪਾਏ ਸੀ ਆਪਾਂ ਪੈਰਾਂ ਦੇ ਵਿੱਚ ਗੁਰੂ ਘਰ ਆਉਣ ਵੇਲੇ, ਉਹਨਾਂ ਆਉਂਦਿਆਂ ਰਸਤੇ ਵੀ ਜਿਹੜੇ ਜੋੜਿਆਂ 'ਤੇ ਧੂੜ ਲੱਗੀ ਸੀ, ਗਰਦਾ ਲੱਗਿਆ ਸੀ, ਜਦੋਂ ਸੰਗਤ ਵਿੱਚ ਆਏ ਉਹਨਾਂ ਜੋੜਿਆਂ ਨੂੰ ਝਾੜ ਕੇ ਮਸਤਕ ਨੂੰ ਲਾਇਆ ਗਿਆ, ਪਰ ਜਦੋਂ ਗੁਰੂ ਘਰ ਹੀ ਆਉਂਗੇ ਉਦੋਂ ਹੀ ਝਾੜੇ ਜਾਣਗੇ ਉਹ ਜੋੜੇ। ਹੋਰ ਕਿਤੇ ਤੁਹਾਡੀ ਜੁੱਤੀ ਨੂੰ ਕੋਈ ਹੱਥ ਨਹੀਂ ਲਾਏਗਾ, ਗਰੀਬ ਤੋਂ ਗਰੀਬ ਹੀ ਪੈਰ ਨਾਲ ਪਰੇ ਨੂੰ ਕਰ ਦੂਗਾ ਉਹਨੂੰ, ਪਰ ਜਦੋਂ ਸੰਗਤ ਵਿੱਚ ਆਉਂਗੇ ਫਿਰ ਉਹਨਾਂ ਜੋੜਿਆਂ ਨੂੰ ਝਾੜ ਕੇ ਮਸਤਕ ਨਾਲ ਲਾਇਆ ਜਾਂਦਾ। ਕਿਉਂ ਜੀ?
ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਗੁਰਸਿੱਖਾਂ ਦੇ ਜੋੜਿਆਂ 'ਤੇ ਜਿਹੜੀ ਧੂੜ ਲੱਗੀ ਹੋਈ ਹੈ ਨਾ, ਉਹ ਇੰਨੀ ਪਵਿੱਤਰ ਹੈ ਕਿ ਹਿੰਦੂ ਧਰਮ ਦੇ ਵਿੱਚ ਜਿਹੜਾ ਪ੍ਰਾਗਰਾਜ ਤੀਰਥ ਹੈ, ਜਿੱਥੇ ਗੰਗਾ, ਜਮੁਨਾ ਅਤੇ ਸਰਸਵਤੀ ਤਿੰਨ ਤੀਰਥ ਇਕੱਠੇ ਹੁੰਦੇ ਆ, ਜਿਹੜਾ ਉੱਥੇ ਇਸ਼ਨਾਨ ਕਰ ਲਵੇ ਕਹਿੰਦੇ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਉਹਨਾਂ ਦੇ ਮਤ ਦੇ ਮੁਤਾਬਕ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੇ ਸੰਗਤਾਂ ਦੇ ਜੋੜਿਆਂ ਨੂੰ ਧੂੜ ਲੱਗੀ ਹੋਈ ਹੈ ਨਾ, ਉਹ ਕਰੋੜਾਂ ਪ੍ਰਾਗ ਤੀਰਥਾਂ ਨਾਲੋਂ ਵੀ ਪਵਿੱਤਰ ਹੈ। ਸੱਚੇ ਪਾਤਸ਼ਾਹ ਦਾ ਬਚਨ ਹੈ, ਨਾਨਕ ਸਾਧ ਪਨੀਤ ਧੂਰ ਲੱਖ ਕੋਟ ਪਰਾਗੇ, ਲੱਖਾਂ ਕਰੋੜਾਂ ਪ੍ਰਾਗ ਤੀਰਥਾਂ ਨਾਲੋਂ ਵੀ ਉਹ ਧੂੜੀ ਪਵਿੱਤਰ ਹੈ। ਜਿਹੜੇ ਅੱਗ ਪਾਪ ਹੁੰਦੇ ਨਾ, ਇੱਕ ਤਾਂ ਹੁੰਦੇ ਆ ਪਾਪ ਪੁੰਨ ਕਰੀਏ ਤਾਂ ਮਿਟ ਜਾਂਦੇ ਆ, ਇੱਕ ਅੱਗ ਪਾਪ ਨੇ ਜਿਹੜੇ ਪੁੰਨ ਕਰਨੇ ਸੇ ਨਹੀਂ ਮਿਟਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਾਧ ਕੀ ਧੂੜ ਮਿਟੈ ਅੱਗ ਕੋਟ, ਧੂੜੀ ਨਾਲ ਉਹ ਵੀ ਮਿਟ ਜਾਂਦੇ। ਇੰਨੀ ਉਹ ਪਵਿੱਤਰ ਹੈ, ਐਵੇਂ ਆਪਾਂ ਝਾੜ ਕੇ ਮਸਤਕ ਨੂੰ ਨਹੀਂ ਜਲਾਉਂਦੇ। ਅਤੇ ਭਾਈ ਗੁਰਦਾਸ ਜੀ ਵੀ ਵਡਿਆਈ ਕਰਦੇ ਨੇ, ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਧੁਰ ਭਾਗ ਜਿਨ੍ਹਾਂ ਦੇ। ਸੰਗਤ ਦੀ ਧੂੜੀ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ। ਭਾਈ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਗੁਰਸਿੱਖ ਗੁਰੂ ਦੇ ਦਰਸ਼ਨ ਕਰਨ ਜਾਂਦੇ ਨੇ, ਜੇ ਕਿਤੇ ਉਹਨਾਂ ਦੇ ਚਰਨਾਂ ਵਿੱਚ ਪਾਉਣ ਵਾਸਤੇ ਮੇਰੇ ਚਮੜੇ ਦੇ ਜੋੜੇ ਬਣ ਜਾਣ ਤਾਂ ਇਹ ਮੇਰਾ ਸਰੀਰ ਸਫਲਾ ਹੋ ਜਾਏ, ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰਹਿਣ ਧੁਰ ਭਾਗ ਜਿਨ੍ਹਾਂ ਦੇ। ਜਿਹੜੇ ਪੈਰ ਚੱਲ ਕੇ ਗੁਰੂ ਦਰਬਾਰ ਵੱਲ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਸਤਿਕਾਰ ਨਾਲ ਉਹਨਾਂ ਨੂੰ ਚਰਨ ਕਹਿੰਦੇ ਨੇ। ਗੁਰਸਿੱਖਾਂ ਦੇ ਸੰਗਤਾਂ ਦੇ ਚਰਨ ਚੱਲੋ, ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ। ਉਹ ਸੰਗਤਾਂ ਦੇ ਗੁਰਸਿੱਖਾਂ ਦੇ ਚਰਨ ਨੇ ਜਦੋਂ ਚੱਲ ਕੇ ਆਉਂਦੇ ਨੇ ਗੁਰੂ ਦੇ ਚਰਨਾਂ ਵੱਲ। ਬੜੀ ਵਡਿਆਈ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਸਿਰ ਤੋਂ ਲੱਗ ਕੇ ਪੈਰ ਦੇ ਅੰਗੂਠੇ ਤੱਕ ਜਿੰਨੇ ਮੇਰੇ ਸਰੀਰ ਦੇ ਅੰਗ ਨੇ, ਰੋਮ ਰੋਮ ਜਿੰਨੇ ਬਰੀਕ ਬਰੀਕ ਕੱਟ ਕੇ ਮੈਂ ਗੁਰਸਿੱਖਾਂ ਦੇ ਚਰਨਾਂ ਤੋਂ ਨਿਸ਼ਾਵਰ ਕਰਦਿਆਂ ਵਾਰਦਿਆਂ ਗੁਰਸਿੱਖਾਂ ਤੋਂ, ਫਿਰ ਉਹਨਾਂ ਨੂੰ ਅੱਗ ਵਿੱਚ ਸਾੜ ਕੇ, ਫਿਰ ਰਗੜ ਕੇ, ਭਸਮ ਬਣਾ ਕੇ ਬਰੀਕ, ਹਵਾ ਨੂੰ ਕਹਿੰਦੇ ਨੇ ਲੈ ਕੇ ਉੱਡ ਚੱਲ, ਉਸ ਰਸਤੇ ਵਿੱਚ ਖਿਲਾਰਦੇ ਜਾ ਕੇ ਜਿਹੜੇ ਰਸਤੇ ਗੁਰਸਿੱਖ ਗੁਰੂ ਦੇ ਦਰਸ਼ਨ ਕਰਨ ਜਾ ਰਹੇ ਨੇ। ਜਦੋਂ ਗੁਰੂ ਕੀ ਸੰਗਤ ਉਸ ਭਸਮ ਦੇ ਉੱਤੋਂ ਦੀ ਲੰਘੇਗੀ ਤਾਂ ਮੇਰਾ ਜਿਹੜਾ ਸਰੀਰ ਹੈ ਸਫਲਾ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਨੱਖ ਸਿੱਖ ਲਓ ਸਿਰ ਤੋਂ ਲੱਗ ਕੇ ਪੈਰਾਂ ਤੱਕ, ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ। ਅਗਨ ਜਲਾਏ ਫੁੱਨ ਪੀਸਨ ਪਸਾਏ ਤਾਹੇ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀ ਹੈ। ਹਵਾ ਨੂੰ ਕਹਿੰਦੇ ਨੇ ਲੈ ਕੇ ਉੱਡ ਚੱਲ,
ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪਰਾਤ। ਜਿਹੜਾ ਗੁਰੂ ਵੱਲ ਰਸਤਾ ਜਾ ਰਿਹਾ, ਜਿੱਥੇ ਜਿੱਥੇ ਗੁਰਸਿੱਖ